सत श्री अकाल डी फाइव चैनल पंजाबी देख रहे सारे दर्शकों का मैं धर्मेंद्र संधू स्वागत करदा है। किसानों वालों अज रेलवे ट्रैक रोकण का प्रोग्राम बनाया गया। ये तहत 12 तो लैके 3 बजे तक 3 घंटे लगातार रेलवे ट्रैक रोके जाएंगे। आम आदमी पार्टी के लीडर नील गर्ग ने किसानों को अपील की है कि रेलवे ट्रैक ना रोके जा क्योंकि जिहड़ी स्पैशल लगी हुई है झोने वास्ते वो बंद हो जाएगी। तो सीधा उन्होंने कह दिता है कि केंद्र सरकार नू बहाना लभ जाएगा कि रेलवे ट्रैक जाम ने, इस करके असी झोने की लिफ्टिंग नहीं कर सकते। पंजाब नू बहुत सारी समस्यावां दा सामना, खास करके खेती नाल मुद्दयां दे उत्ते समस्यावां दा सामना इस करके करना पैंदा आ कि केंद्र दी जिहड़ी मोदी सरकार है ओह पंजाब दे नाल मित्रेई मावां वाला सलूक करदी है। फॉर एग्जाम्पल, पंजाब जिहड़ा हैगा केंद्रीय अनाज भंडार दे विच वडमुला योगदान पाउंदा आ, पर काफी समय तो जिहड़े साडे भंडार ने ओह नक्को नक भरे होए ने और केंद्र सरकार दी एजेंसी एफसीआई ओह भंडारां दे विचों अनाज चक्कर नू तैयार नहीं है। इस संबंध दे विच लगातार साडे जिहड़े मंत्री साहिबान अधिकारी साहिबान ओह भी केंद्र दे मंत्रियां नू मिले, केंद्र दे अधिकारियां नू मिले, प्रधानमंत्री साहब ने भी चिट्ठी लिखी ਤਾਂ ਕਿਤੇ ਜਾ ਕੇ ਹੁਣ ਜਿਹੜਾ ਹੈਗਾ ਕੁਝ ਉਹਨਾਂ ਨੇ ਸਪੈਸ਼ਲਾਂ ਦਿੱਤੀਆਂ ਨੇ ਤਾਂ ਕਿ ਪੰਜਾਬ ਦੇ ਜਿਹੜਾ ਚੌਲਾਂ ਦਾ ਭੰਡਾਰ ਰਾਈਸ ਮਿਲਰਾਂ ਕੋਲ ਲੱਗਿਆ ਹੋਇਆ ਉਹਨਾਂ ਨੂੰ ਉੱਥੋਂ ਖਾਲੀ ਕੀਤਾ ਜਾ ਸਕੇ। ਤੇ ਅੱਜ ਸਾਡੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਕੁਝ ਜਿਨ੍ਹਾਂ ਦਾ ਆਪਣਾ ਧਰਨਾ ਪ੍ਰਦਰਸ਼ਨ ਦਾ ਪ੍ਰੋਗਰਾਮ ਹੈ ਤੇ ਸੁਣਨ ਦੇ ਵਿੱਚ ਆਇਆ ਕਿ ਉਹਦੇ ਵਿੱਚ ਉਹਨਾਂ ਨੇ ਰੇਲਵੇ ਵੀ ਰੋਕਣੀ ਹੈ। ਮੈਂ ਇੱਥੇ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਕੇਂਦਰ ਸਰਕਾਰ ਤੇ ਪਹਿਲੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਜੇਕਰ ਇਹ ਰੇਲਾਂ ਅਸੀਂ ਰੋਕਦੇ ਹਾਂ ਤਾਂ ਇਸ ਦੇ ਨਾਲ ਕੀ ਹੋਏਗਾ, ਜਿਹੜੀ ਉਹ ਸਪੈਸ਼ਲ ਉਹਨਾਂ ਨੇ ਲਗਾਈਆਂ ਨੇ ਉਹਨਾਂ ਨੂੰ ਬਹਾਨਾ ਮਿਲ ਜਾਏਗਾ ਔਰ ਜੇਕਰ ਸਪੈਸ਼ਲ ਨਹੀਂ ਲੱਗਦੀ ਤਾਂ ਉਹਦਾ ਸਿੱਧਾ ਅਸਰ ਜਿਹੜਾ ਹੈਗਾ ਉਹ ਜਿਹੜਾ ਸਾਡੇ ਗਡਾਉਣਾਂ ਦੇ ਵਿੱਚ ਅਨਾਜ ਚਾਵਲ ਪਏ ਆ ਉਹ ਅਨਾਜ ਪਿਆ ਉਹ ਚੱਕਿਆ ਨਹੀਂ ਜਾਣਾ ਤੇ ਨੈਚੁਰਲੀ ਇਹ ਝੋਨੇ ਦੀ ਲਿਫਟਿੰਗ ਮੰਡੀਆਂ ਦੇ ਵਿੱਚੋਂ ਨਹੀਂ ਹੋਣੀ। ਜੇ ਝੋਨੇ ਦੀ ਲਿਫਟਿੰਗ ਮੰਡੀਆਂ ਦੇ ਵਿੱਚੋਂ ਨਹੀਂ ਹੁੰਦੀ ਤਾਂ ਖਰੀਦ ਦੇ ਉੱਤੇ ਅਸਰ ਪਏਗਾ ਤੇ ਜਿਹੜੇ ਕਿਸਾਨ ਨੂੰ ਪੈਸੇ 24 ਘੰਟਿਆਂ ਦੇ ਅੰਦਰ ਆਉਣੇ ਆ ਉਹਦੇ ਉੱਤੇ ਅਸਰ ਪਏਗਾ। ਸੋ ਮੈਂ ਜਿਹੜਾ ਹੈਗਾ ਇੱਕ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਇਹ ਅਪੀਲ ਕਰਦਾ, ਦੇਖੋ ਆਮ ਆਦਮੀ ਪਾਰਟੀ ਧਰਨੇ ਪ੍ਰਦਰਸ਼ਨ ਦੇ ਵਿਰੁੱਧ ਨਹੀਂ ਹੈ, ਇਹ ਤੁਹਾਡਾ ਜਿਹੜਾ ਇਖਲਾਕੀ ਹੱਕ ਹੈਗਾ, ਇਹ ਤੁਹਾਡਾ ਬੁਨਿਆਦੀ ਹੱਕ ਹੈਗਾ, ਤੁਸੀਂ ਆਪਣੀ ਮੰਗਾਂ ਦੇ ਸੰਬੰਧ ਵਿੱਚ ਧਰਨਾ ਪ੍ਰਦਰਸ਼ਨ ਕਰ ਸਕਦੇ ਹੋ। ਪਰ ਮੇਰੀ ਤੁਹਾਨੂੰ ਹੱਥ ਜੋੜ ਕੇ ਇਹ ਅਪੀਲ ਆ ਕਿ ਅੱਜ ਦੇ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਤੁਸੀਂ ਰੇਲਵੇ ਨੂੰ ਸ਼ਾਮਲ ਨਾ ਕਰੋ ਕਿਉਂਕਿ ਅਲਟੀਮੇਟਲੀ ਇਹਦਾ ਨੁਕਸਾਨ ਜਿਹੜਾ ਹੈਗਾ ਪੰਜਾਬ ਨੂੰ ਤੇ ਕਿਸਾਨੀ ਨੂੰ ਹੀ ਚੱਲਣਾ ਪੈਣਾ। ਦੱਸ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਦੂਜੇ ਪਾਸੇ ਝੋਨੇ ਦੀ ਖਰੀਦ ਨੂੰ ਲੈ ਕੇ ਵੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ। ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੱਖੋ ਵੱਖਰੇ ਪ੍ਰੋਗਰਾਮ ਉਲੀਕੇ ਗਏ ਨੇ। ਇੱਕ ਪਾਸੇ ਹਾਈਵੇ ਜਾਮ ਕੀਤੇ ਜਾਣੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਟਰੈਕ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਟਰੈਕ ਜਾਮ ਕਰਦੇ ਨੇ ਜਾਂ ਫਿਰ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਨੂੰ ਮੰਨਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।